ਇੰਡੀਅਨ ਕ੍ਰਿਕਟ ਟੀਮ ਦੇ ਵਿੱਚ ਹੋਣ ਵਾਲੀ T20 ਸੀਰੀਜ਼ ਦੇ ਪਹਿਲੇ ਮੈਚ ਤੋਂ ਪਹਿਲਾਂ ਸਾਊਥ ਅਫਰੀਕਨ ਟੀਮ ਦੇ ਵੱਲੋਂ ਧਰਮਸ਼ਾਲਾ ਦੇ ਕ੍ਰਿਕਟ ਗਰਾਊਂਡ ਦੇ ਵਿੱਚ ਖੂਬ ਪ੍ਰੈਕਟਿਸ ਕੀਤੀ, ਜਿਸ ਤੋਂ ਬਾਅਦ ਸਾਊਥ ਅਫਰੀਕਨ ਟੀਮ ਨੇ ਮੈਕਲੋਡਗੰਜ ਦੇ ਬਾਜ਼ਾਰਾਂ ਦੇ ਵਿੱਚ ਖੂਬ ਸ਼ਾਪਿੰਗ ਵੀ ਕੀਤੀ ਅਤੇ ਮਸ਼ਹੂਰ ਰੈਸਟੋਰੈਂਟ ਮੈਕਲੋ ਦੇ ਵਿੱਚ ਇੰਡੀਅਨ, ਅਫਰੀਕਨ ਅਤੇ ਕੰਟੀਨੈਂਟਲ ਫੂਡ ਇੰਜੋਏ ਕੀਤਾ। ਗੌਰਤਲਬ ਹੈ ਕਿ ਦੋਨਾਂ ਟੀਮਾਂ ਵਿਚਕਾਰ ਐਤਵਾਰ ਨੂੰ ਹੋਣ ਵਾਲੇ ਪਹਿਲੇ T20 ਮੈਚ ਦੇ ਲਈ ਸਾਊਥ ਅਫਰੀਕਾ ਦੀ ਟੀਮ 2 ਦਿਨ ਪਹਿਲਾਂ ਹੀ ਧਰਮਸ਼ਾਲਾ ਪਹੁੰਚ ਚੁੱਕੀ ਹੈ, ਜਦਕਿ ਇੰਡੀਅਨ ਕ੍ਰਿਕਟ ਟੀਮ ਕੱਲ੍ਹ ਸ਼ੁੱਕਰਵਾਰ ਨੂੰ ਧਰਮਸ਼ਾਲਾ ਪਹੁੰਚੇਗੀ। ਧਰਮਸ਼ਾਲਾ ਤੋਂ ਵਿਵੇਕ ਟਲ, ਦੈਨਿਕ ਸਵੇਰਾ TV।